ਦੇਖੋ ਹਜੇ ਬਹੁਤ ਪ੍ਰੀਲਿਮਿਨਰੀ ਸਟੇਜ ਆ ਗਈ। ਅਸੀਂ ਅੱਜ ਇੱਥੇ ਜਿਹੜਾ ਆਏ ਹਾਂ, ਦੇਖਿਆ ਸਾਈਟ ਨੂੰ ਦੇਖਿਆ, ਇਹਦੇ ਸਾਰੇ ਐਸਪੈਕਟ ਅਸੀਂ ਸਟੱਡੀ ਕਰਾਂਗੇ। ਬਾਹਰੋਂ ਵੀ ਅਸੀਂ ਇਹਦੇ ਲਈ ਟੀਮਾਂ ਬੁਲਾਈਆਂ ਹੈਗੀਆਂ ਨੇ, ਉਹ ਆ ਕੇ ਐਕਸਪਲੋਜ਼ਿਵ ਦਾ ਸਟੱਡੀ ਕਰਨਗੇ ਕਿ ਕਿਸ ਤਰ੍ਹਾਂ ਦਾ ਇਹ ਐਕਸਪਲੋਜ਼ਿਵ ਆ। ਜਿੰਨਾ ਵੀ ਇੱਥੇ ਐਵੀਡੈਂਸ ਹੈਗਾ ਉਹਨੂੰ ਕਲੈਕਟ ਕਰਾਂਗੇ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਅਸੀਂ ਜਲਦੀ ਜਿਹੜੇ ਵੀ ਇਹਦੇ ਪਿੱਛੇ ਰਿਸਪੋਂਸੀਬਲ ਹੈਗੇ ਨੇ ਉਹਨਾਂ ਨੂੰ। ਸਰ ਇਹ ਜਿਹੜੀ 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 ਮੇਨ ਚੀਜ਼ ਆ, ਜਿਸ ਤਰ੍ਹਾਂ ਅੱਜ ਸੀਐਮ ਸਾਹਿਬ ਦੀ ਰੈਲੀ ਸੀ 22 ਕਿਲੋਮੀਟਰ ਦੂਰ, ਵੀ ਉਹਦੇ ਦੌਰਾਨ ਹੀ ਅੱਜ ਦੇ ਦਿਨ ਇਹ ਇੰਸੀਡੈਂਟ ਹੋਇਆ, ਦੱਸੋ, ਔਰ ਸਾਰੇ ਪਾਸੇ ਮੈਟਲ ਡਿਟੈਕਟਰ ਲੱਗੇ ਨੇ, ਉਹਦੇ ਬਾਵਜੂਦ ਦੱਸੋ ਕਿਵੇਂ ਇੱਕ ਚੀਜ਼ ਗਈ ਅੰਦਰ? ਉਹ ਬਿਲਕੁਲ, ਆਪਾਂ ਜਿਹੜੇ ਤੁਸੀਂ ਇਸ਼ੂ ਰੇਜ਼ ਕਰਦੇ ਹੋ ਉਹ ਸਾਰੇ ਇਸ਼ੂਜ਼ ਨੂੰ ਸਟੱਡੀ ਕੀਤਾ ਜਾਏਗਾ, ਅਤੇ ਆਪਾਂ ਉਸ ਇਸ਼ੂਜ਼ ਦੇ ਸਟੱਡੀ ਕਰਕੇ ਆਪਾਂ ਦੇਖਾਂਗੇ ਵੀ ਕੀ ਕਾਰਨ ਹੋਵੇ, ਜਿੱਥੇ ਕਿਤੇ ਕਮੀ ਪੇਸ਼ੀ ਰਹੀ ਉਹਨੂੰ ਆਪਾਂ ਦੇਖੋ। ਇਹ ਸਾਰੀਆਂ ਚੀਜ਼ਾਂ ਜਦੋਂ ਟੈਕਨੀਕਲ ਟੀਮਾਂ ਆਉਂਦੀਆਂ ਨੇ, ਆਪਾਂ ਆਪਣੇ ਬੰਨਿਓਂ ਕੋਈ ਕਿਆਸ ਰਾਈ ਲਾਈਏ ਉਹ ਗਲਤ ਹੋਊਗਾ, ਪ੍ਰੋਫੈਸ਼ਨਲੀ ਰੋਂਗ ਹੋਊਗਾ। ਸਾਡੀਆਂ ਪ੍ਰੋਫੈਸ਼ਨਲ ਟੀਮਾਂ ਆਉਣਗੀਆਂ, ਉਹ ਸਾਰੀਆਂ ਚੀਜ਼ਾਂ ਦੇ ਸੈਂਪਲ ਕਲੈਕਟ ਕਰਨਗੀਆਂ, ਔਰ ਸੈਂਪਲ ਕਲੈਕਟ ਕਰਨ ਤੋਂ ਉਪਰੰਤ ਉਹਨਾਂ ਨੂੰ ਸਟੱਡੀ ਕਰਕੇ ਫਿਰ ਅਸੀਂ ਤੁਹਾਨੂੰ। ਪ੍ਰਾਇਮਰੀ ਇਨਵੈਸਟੀਗੇਸ਼ਨ ਮੇਂ ਕੁਝ ਸਾਹਮਣੇ ਆਇਆ ਹੋ ਕਿ ਅਭੀ ਤੱਕ ਕੁਝ ਸਾਹਮਣੇ ਆਇਆ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਮੇਂ ਕਿ ਕੌਣ ਸੇ ਬੈਡ ਐਕਟਰ ਹੈ? ਉਸਕੀ ਪਹਿਚਾਨ ਹੋਈ ਹੈ ਕੌਣ ਥਾ? ਨਹੀਂ ਨਹੀਂ, ਹਜੇ ਕੁਝ ਨਹੀਂ ਆਇਆ ਜੀ, ਹਜੇ ਕੁਝ ਵੀ ਕਹਿਣਾ ਗਲਤ ਹੋਏਗਾ। ਜਦੋਂ ਥਾਈਂ ਆਪਾਂ ਜਿਹੜੀਆਂ ਪ੍ਰੋਫੈਸ਼ਨਲ ਟੀਮਸ ਨੇ ਉਹ ਅਸੀਂ ਦਿੱਲੀ ਤੋਂ ਵੀ ਬੁਲਾਈਆਂ ਨੇ, ਬਾਹਰੋਂ ਵੀ ਬੁਲਾਈਆਂ ਨੇ, ਉਹ ਜਦੋਂ ਆਉਣਗੇ ਸਟੱਡੀ ਕਰਨਗੀਆਂ ਫਿਰ ਉਹ ਸਾਨੂੰ ਦੱਸਣਗੀਆਂ। ਦੇਖੋ ਜਿਹੜਾ ਪੰਜਾਬ ਦੀ ਲੋਕੇਸ਼ਨ ਹੈਗੀ ਆ, ਆਪਾਂ ਨੇ ਪਹਿਲਾਂ ਵੀ ਦੇਖੋ ਅੱਤਵਾਦ ਦਾ ਸੰਤਾਪ ਸਾਰਿਆਂ ਨੇ ਇੱਥੇ ਭੋਗਿਆ ਹੈਗਾ। ਪੰਜਾਬ ਦੀ ਲੋਕੇਸ਼ਨ ਬਾਰਡਰ ਸਟੇਟ ਦੀ ਹੈਗੀ ਆ, ਪੰਜਾਬ ਨੂੰ ਹਮੇਸ਼ਾ ਹੀ ਇਹੋ ਜਿਹੀਆਂ ਸਿਚੁਏਸ਼ਨਾਂ ਫੇਸ ਕਰਨੀਆਂ ਪੈਂਦੀਆਂ ਨੇ, ਕਿਉਂਕਿ ਜਿਹੜੇ ਆਪਣੇ ਨਾਲ ਬਾਰਡਰ ਕੰਟਰੀ ਹੈਗੀ ਆ ਉਹ ਹਮੇਸ਼ਾ ਪੰਜਾਬ ਦੇ ਉੱਤੇ ਉਹਨਾਂ ਦੀ ਨਜ਼ਰ ਬੁਰੀ ਰਹਿੰਦੀ ਹੈਗੀ ਆ। ਸੋ ਉਹ ਇਹੋ ਜਿਹੀ ਇੰਟੈਲੀਜੈਂਸ ਟਾਈਮ ਟੂ ਟਾਈਮ ਹੁੰਦੀ ਹੈਗੀ ਕਿ ਇਹੋ ਜਿਹੀਆਂ ਐਕਟੀਵਿਟੀਜ਼ ਦੀ, ਔਰ ਆਪਾਂ ਉਹਨਾਂ ਨੂੰ ਨਿਊਟਰਲਾਈਜ਼ ਵੀ ਕਰਦੇ ਹਾਂ। ਇਹ ਜਿਹੜੀ ਵਾਰਦਾਤ ਹੋਈ ਆ ਇਹਦੇ ਬਾਰੇ ਕੀ ਹੋਇਆ, ਕਿਵੇਂ ਹੋਇਆ, ਇਹ ਆਪਾਂ ਤਫਤੀਸ਼ ਤੋਂ ਬਾਅਦ ਹੀ ਕੁਛ ਇਹਦੇ ਬਾਰੇ ਕਹਿ ਸਕਦੇ। ਸਰ ਆਈਬੀ ਦਾ ਅਲਰਟ ਵੀ ਆਇਆ ਥਾ 2 ਦਿਨ ਪਹਿਲੇ, ਉਸ ਕੋ ਲੇਕਰ ਕਿਸ ਤਰ੍ਹਾਂ ਸੇ ਪੰਜਾਬ ਕੀ ਇੰਟੈਲੀਜੈਂਸ ਦੀ ਵੱਡੀ ਚੂਕ ਜਿਹੜੀ ਆ ਜ਼ਿਲ੍ਹਾ ਅਦਾਲਤ 'ਚ ਹੋਈ ਹੈ ਸਰ? ਨਹੀਂ ਨਹੀਂ, ਦੇਖੋ ਇਹਨੂੰ ਆਪਾਂ ਇਹ ਨਹੀਂ ਕਹਿੰਦੇ ਸਕਦੇ ਵੀ ਕਿਸੇ ਦੀ ਜ਼ਿੰਮੇਵਾਰੀ ਆਪਾਂ ਇਮੀਡੀਏਟਲੀ ਫਿਕਸ ਕਰੀਏ। ਆਪਾਂ ਨੂੰ ਸਟੱਡੀ ਕਰਨ ਤੋਂ ਜਿੱਥੇ ਕਿਤੇ ਕੋਈ ਸਲਿਪ ਅਪ ਹੋਊਗਾ ਆਪਾਂ ਉਹਦੀ ਜ਼ਿੰਮੇਵਾਰੀ ਫਿਕਸ ਕਰਾਂਗੇ। ਪਹਿਲਾਂ ਆਪਾਂ ਸਟੱਡੀ ਤਾਂ ਕਰੀਏ ਨਾ, ਆਪਾਂ ਸਾਰਿਆਂ ਨੂੰ ਪਹਿਲਾਂ ਤਾਂ ਆਪਣਾ ਇਹ ਹੁੰਦਾ ਕਿ ਆਪਾਂ ਇਸ ਵਾਰਦਾਤ ਦੇ ਬਾਰੇ ਪਤਾ ਕਰੀਏ ਵੀ ਕਿਵੇਂ ਹੋਈ, ਕਿਉਂ ਹੋਈ, ਕਿੱਥੇ ਹੋਈ, ਉਹ ਸਾਰੀਆਂ ਚੀਜ਼ਾਂ ਆਪਾਂ ਸਟੱਡੀ ਕਰਦੇ ਹਾਂ। ਉਸ ਤੋਂ ਬਾਅਦ ਜਿਹਦੀ ਕੋਈ ਕਮੀ ਪੇਸ਼ੀ ਰਹੀ ਹੋਊਗੀ ਉਹਦੇ ਅਗੇਂਸਟ ਆਪਾਂ ਕਾਰਵਾਈ। ਸਰ ਆਈਬੀ ਦਾ ਅਲਰਟ ਆਇਆ ਥਾ 2 ਦਿਨ ਪਹਿਲੇ, ਉਸ ਕੋ ਲੇਕਰ ਵੀ ਇੰਟੈਲੀਜੈਂਸ ਲਗਾਤਾਰ ਕੰਮ ਕਰ ਰਹੀ ਸੀ, ਲੇਕਿਨ ਇਸ ਤਰ੍ਹਾਂ ਕਿ ਅੱਜ ਵਾਰਦਾਤ ਹੋਈ ਹੈ ਤਾਂ ਕਹੀਂ ਨਾ ਕਹੀਂ ਇੱਕ ਬੜਾ ਸਵਾਲ ਜ਼ਰੂਰ ਹੈ। ਨਹੀਂ, ਇਸ ਤਰ੍ਹਾਂ ਨਹੀਂ ਕਹਿ ਸਕਦੇ ਤੁਸੀਂ ਕਿ ਆਪਾਂ ਕੰਮ ਨਹੀਂ ਸੀ ਕਰਦੇ, ਕੰਮ ਸਾਰੇ ਕਰਦੇ ਹੈਗੇ ਨੇ, ਕਿਤੇ ਨਾ ਕਿਤੇ ਕੋਈ ਸਲਿਪ ਅਪ ਹੋ ਜਾਂਦੀ ਹੈਗੀ ਤੇ ਉਹ ਦੇਖੋ ਵਕੀਲਾਂ ਦੀ ਸਟ੍ਰਾਈਕ ਚੱਲ ਰਹੀ ਸੀ ਲੁਧਿਆਣੇ 'ਚ, ਨਹੀਂ ਤਾਂ ਇੱਥੇ ਬਹੁਤ ਵੱਡਾ NIA ਦੀ ਟੀਮ ਆ ਰਹੀ ਆ, ਆਪਣੇ NSG ਦੀ ਟੀਮ ਆ ਰਹੀ ਆ, ਫੋਰੈਂਸਿਕ ਦੀ ਟੀਮ ਆ ਰਹੀ ਆ, ਉਹ ਸਾਰੀਆਂ ਆ ਕੇ ਨਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਐਕਸਪਰਟਾਈਜ਼ ਹੁੰਦਾ ਵੀ ਇਹ ਐਕਸਪਲੋਜ਼ਿਵ ਨੂੰ ਸਟੱਡੀ ਕਰਨਾ। NIA ਜਿਹੜੀ ਆਪਣੀ ਹੈਗੀ ਆ, ਨੋਡਲ ਏਜੰਸੀ ਹੈਗੀ ਆ ਟੈਰਰਿਜ਼ਮ ਨੂੰ ਸਟੱਡੀ ਕਰਨ ਵਾਲੀ, ਉਹ ਸਾਰੀਆਂ ਟੀਮਾਂ ਆ ਕੇ ਆਪਣੇ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਐਕਸਪਰਟਾਈਜ਼ ਆ ਉਹਦੇ ਨਾਲ ਆ ਕੇ ਇਹਨਾਂ ਨੂੰ ਸਟੱਡੀ ਕਰਦੇ। ਜਦੋਂ ਤੱਕ ਬਹੁਤ ਮਹੱਤਵ ਦੇ ਸ਼ਾਮ ਤੱਕ ਪਹੁੰਚਾਂਗੇ ਰਾਏ ਸਾਹਿਬ, ਰਾਏ ਸਾਹਿਬ ਪੰਜਾਬ ਦੇ ਵਿੱਚ ਅੱਤਵਾਦ ਦੇ, ਪੰਜਾਬ ਦੇ ਵਿੱਚ ਅੱਤਵਾਦ ਦੇ ਹਮਲਾ ਵੀ ਕਹਿ ਸਕਦੇ ਹਾਂ? ਨਹੀਂ, ਦੇਖੋ ਆਪਾਂ ਸਾਰੀਆਂ ਐਸਪੈਕਟਸ ਨੂੰ ਸਟੱਡੀ ਕਰਾਂਗੇ। ਆਪਾਂ ਕਿਸੇ ਚੀਜ਼ ਦੇ ਬਾਰੇ ਪਹਿਲਾਂ ਹੀ ਕੁਝ ਕਹਿ ਦਈਏ ਉਹ ਗਲਤ ਹੋਊਗਾ, ਤੁਸੀਂ ਸਾਨੂੰ ਥੋੜਾ ਟਾਈਮ ਦਿਓ ਸਟੱਡੀ ਕਰਨ ਦਾ। ਜਿਹੜੀ ਕੋਈ ਅਲਰਟ ਜਾਰੀ ਕੀਤਾ ਹੈ, ਰਾਜ ਸਰਕਾਰ ਪੰਜਾਬ ਪੁਲਿਸ ਹੀ ਕਰੂਗੀ? ਹਾਂਜੀ, ਕੇਂਦਰੀ ਏਜੰਸੀ ਜਾਂਚ ਕਰੂਗੀ ਜਾਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ? ਨਹੀਂ ਨਹੀਂ, ਅਸੀਂ ਕਰਾਂਗੇ ਜੀ, ਅਸੀਂ ਆਪਣੇ ਆਪ ਕਾਬਲ ਆ। ਔਰ ਹਾਂ, ਪੰਜਾਬ ਤੋਂ ਰਿਪੋਰਟ ਮੰਗੀ ਆ, ਆਫੀਸ਼ੀਅਲਸ ਨਾਲ ਗੱਲਬਾਤ ਹੋਈ ਹੈ, ਤੁਹਾਨੂੰ ਲੱਗਦਾ ਸੁਰੱਖਿਆ? ਨਹੀਂ ਨਹੀਂ, ਉਹ ਤਾਂ ਦੇਖੋ ਜਦੋਂ ਪੰਜਾਬ 'ਚ ਕੋਈ ਇੰਸੀਡੈਂਟ ਹੁੰਦਾ ਤਾਂ ਕੇਂਦਰ ਨੂੰ ਵੀ ਕੰਸਰਨ ਹੁੰਦਾ, ਆਪਾਂ ਇੱਕ ਬਾਰਡਰ ਸਟੇਟ ਆਗੇ ਤੇ ਉਹਨਾਂ ਨੂੰ ਵੀ ਆਪਾਂ ਨੂੰ ਦੱਸਣਾ ਹੁੰਦਾ ਵੀ ਆ ਕਾਰਵਾਈ ਹੋਈ ਆ। ਤੇ ਮੈਟਲ ਡਿਟੈਕਟਰ ਵੀ ਇੱਥੇ ਚੱਲ ਨਹੀਂ ਰਹੇ ਸੀਗੇ ਸਰ? ਕਈ ਲੂਪ ਹੋਲਸ ਨੇ ਸਰ, ਕਈ ਲੂਪ ਹੋਲਸ ਨੇ। ਮੈਟਲ ਡਿਟੈਕਟਰ ਦੀ ਗੱਲ ਕੀਤੀ ਜਾ ਰਹੀ ਹੈ, ਸਿਕਿਉਰਿਟੀ ਦੀ ਗੱਲ ਕੀਤੀ ਜਾ ਰਹੀ ਹੈ। ਅੰਦਰ ਆ ਲੱਗਿਆ 20 ਰਸਤੇ ਨੇ ਅੱਜ ਤੱਕ ਪੁਲਿਸ ਮੁਲਾਜ਼ਮਾਂ ਨੇ ਜਾਂ ਆਪਣਾ ਜ਼ਿਲ੍ਹੇ ਦੇ ਸੈਸ਼ਨ ਜੱਜ ਸਾਹਿਬ ਨੂੰ ਲਿਖ ਕੇ ਦਿੱਤਾ ਵੀ ਇੱਥੋਂ ਹਰੇਕ ਤਰ੍ਹਾਂ ਤੋਂ ਬੰਦਾ ਆ ਸਕਦਾ, ਬੈਕ ਤੋਂ ਵੀ ਆ ਸਕਦਾ, ਫਰੰਟ ਤੋਂ ਵੀ ਆ ਸਕਦਾ, ਮੈਟਲ ਡਿਟੈਕਟਰ ਖਰਾਬ ਨੇ, ਦੀਵਾਰ ਟੁੱਟੀ ਹੈ, ਹਰ ਬੰਦਾ ਅੰਦਰ ਆ ਵੀ ਸਕਦਾ, ਕਈ ਵਾਰ ਕੈਦੀ ਭੱਜੇ ਨੇ, ਦੇਖੋ ਕਈ ਵਾਰ ਕੈਦੀ ਭੱਜੇ ਵੀ ਨੇ, ਉਹਦੇ ਬਾਵਜੂਦ ਪੁਲਿਸ ਕਿਉਂ ਨਹੀਂ ਫੇਰ ਇਹਦਾ ਜਾਗਰੂਕ ਹੁੰਦੀ? ਲੁਧਿਆਣਾ ਪੁਲਿਸ, ਹੁਣ ਆਪਾਂ ਗੱਲ ਨੂੰ ਖਤਮ ਕਰਦੇ ਹੋਏ
ਸੀ ਐਮ ਸਾਹਿਬ ਨੇ ਇੱਕ ਹਾਈ ਲੈਵਲ ਦੀ ਮੀਟਿੰਗ ਬੁਲਾਈ ਹੈ ਇਸ ਦੇ ਉੱਤੇ, ਮੈਂ ਉਹ ਜਾ ਕੇ ਮੀਟਿੰਗ ਅਟੈਂਡ ਕਰਨੀ, ਅੱਜ ਸ਼ਾਮ ਨੂੰ ਹੀ ਮੀਟਿੰਗ ਹੈਗੀ।